ਪੰਜਾਬ ਭਰ ਦੇ ਸਾਰੇ ਹੀ ਨੌਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਮੋਹਨ ਪੰਡਾਰੀ ਜੀ ਦੇ ਜੀਵਨ ਬਾਰੇ ਜਾਣਾਂਗੇ ਇਹਨਾਂ ਦੀਆਂ ਹੋਰ ਕਹਾਣੀਆਂ ਬਾਰੇ ਵੀ ਚਰਚਾ ਕਰਾਂਗੇ ਇਹਨਾਂ ਦੀ ਜ਼ਿੰਦਗੀ ਬਾਰੇ ਚਰਚਾ ਕਰਾਂਗੇ ਇਸ ਤੋਂ ਬਿਨਾ ਜੋ ਤੁਹਾਨੂੰ ਸਿਲੇਬਸ ਵਿੱਚ ਕਹਾਣੀ ਹੈ ਬਾਕੀ ਸਭ ਸੁਖ ਸੰਦ ਉਸ ਬਾਰੇ ਗੱਲਬਾਤ ਕਰਾਂਗੇ ਮੋਹਨ ਪੰਡਾਰੀ 1937 1937 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਇੱਕ ਗੱਲ ਨੋਟ ਕਰ ਲੈਣੀ ਕਿ ਜ਼ਰੂਰੀ ਨਹੀਂ ਕਿ ਜਿੰਨਾ ਕ ਆਪਾਂ ਨੂੰ ਕਿਤਾਬ ਵਿੱਚ ਦਿੱਤਾ ਹੋਇਆ ਸਿਰਫ ਆਪਾਂ ਉਹਨਾਂ ਹੀ ਪੜਨਾ ਇਸ ਤੋਂ ਬਿਨਾ ਵੀ ਲੇਖਕ ਨੇ ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਹੁੰਦੀਆਂ ਉਹਨਾਂ ਦੀ ਜ਼ਿੰਦਗੀ ਨਾਲ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਆਪਾਂ ਨੂੰ ਮਿਲ ਜਾਂਦੀਆਂ ਲਾਇਬ੍ਰੇਰੀ ਦੇ ਵਿੱਚ ਤੁਹਾਨੂੰ ਕਿਤਾਬਾਂ ਮਿਲ ਜਾਣਗੀਆਂ ਵੈਸੇ ਦੇਖਿਆ ਜਵੇਂ ਤਾਂ ਤੁਹਾਨੂੰ ਕਿਤਾਬ ਦੇ ਵਿੱਚ ਸੱਤ ਕਹਾਣੀਆਂ ਤੇ ਪੰਜ ਅਕਾਂਗੀਆਂ ਸਾਲ ਪਿਆਰੇ ਵਿਦਿਆਰਥੀ ਉਹ ਬਹੁਤ ਵੱਡਾ ਹੁੰਦਾ ਲਾਇਬ੍ਰੇਰੀ ਵਿੱਚ ਤੁਸੀਂ ਹੋਰ ਵੀ ਕਹਾਣੀਆਂ ਪੜ ਸਕਦੇ ਹੋ ਇਹਨਾਂ ਲੇਖਕਾਂ ਦੀਆਂ ਜੋ ਤੁਹਾਨੂੰ ਦਿੱਤੇ ਹੋਏ ਆ ਕਹਾਣੀ ਦਾ ਸਾਰ ਆਵੇਗਾ ਇਸ ਤੋਂ ਪਹਿਲਾਂ ਤੁਸੀਂ ਕਹਾਣੀਕਾਰ ਦੀ ਜ਼ਿੰਦਗੀ ਬਾਰੇ ਵੀ 5 7 17 ਲਿਖ ਸਕਦੇ ਹੋ ਇਸ ਤੋਂ ਬਿਨਾ ਸੌਖਾ ਤਰੀਕਾ ਜੋ ਤੁਹਾਡਾ ਪੇਪਰ ਦੇ ਵਿੱਚ 2 3 ਨੰਬਰ ਦਾ ਪੇਪਰ ਹੈ ਉਹ ਤੁਹਾਡੀ ਕਿਤਾਬ ਦੇ ਪਹਿਲੇ ਪੇਜ ਤੋਂ ਹੀ ਆ ਜਾਵੇਗਾ ਜਿੱਥੇ ਲਿਖਿਆ ਹੁੰਦਾ ਵਿਸ਼ਾ ਸੂਚੀ ਉੱਥੇ ਤੁਹਾਨੂੰ ਇੱਕ ਪ੍ਰਸ਼ਨ ਆਵੇਗਾ ਕਹਾਣੀ ਦਾ ਨਾਮ ਆਵੇਗਾ ਤੇ ਤੁਹਾਨੂੰ ਪੁੱਛਿਆ ਜਾਵੇਗਾ ਇਸ ਦਾ ਲੇਖਕ ਕੌਣ ਹੈ ਜਾਂ ਕੋਈ ਇਕਾਂਗੀ ਦਿੱਤੀ ਜਾਵੇਗੀ ਤੇ ਪੁੱਛਿਆ ਜਾਵੇਗਾ ਇਸ ਦਾ ਲੇਖਕ ਕੌਣ ਹੈ ਇਕਾਂਗੀ ਕਰ ਕੌਣ ਹੈ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਕੀਤੀ ਸੀ ਕੱਲੋ ਕਹਾਣੀ ਮਾਨਕ ਸਿੰਘ ਦੀ ਅੱਜ ਆਪਾਂ ਕਰ ਰਹੇ ਹਾਂ ਕਹਾਣੀ ਬਾਕੀ ਸਭ ਸੁਖਸੰਦ ਇਸ ਦਾ ਲੇਖਕ ਹੈ ਮੋਹਣ ਪੰਡਾਰੀ ਅੱਗੇ ਆਪਾਂ ਕਰਾਂਗੇ ਗਊ ਮੁਖਾ ਸ਼ੇਰ ਮੁਖਾ ਇਕਾਂਗੀ ਉਸ ਦਾ ਲੇਖਕ ਹੈ ਗੁਰਚਰਨ ਜਸੂਜਾ ਇਸ ਤਰ੍ਹਾਂ ਤੁਹਾਡੀ ਕਿਤਾਬ ਦਾ ਪਹਿਲਾ ਪੇਜ ਆ ਜਿਹੜਾ ਉੱਥੇ ਹੀ ਤੁਹਾਨੂੰ ਕਾਫੀ ਜ਼ਿਆਦਾ ਜਾਣਕਾਰੀ ਮਿਲ ਜਾਣੀ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ 2-3 ਨੰਬਰ ਦਾ ਪੇਪਰ ਆ ਆਰਾਮ ਨਾਲ ਆ ਜਾਣਾ ਤੁਹਾਡਾ ਮੋਹਣ ਪੰਡਾਰੀ ਮੋਹਣ ਪੰਡਾਰੀ ਦਾ ਜਨਮ 14 ਫਰਵਰੀ 1937 ਈਸਵੀ ਨੂੰ ਪਿੰਡ ਬਨਪੋਰਾ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਸੰਗਰੂਰ ਮਾਲਵੇ ਦੇ ਖੇਤਰ ਵਿੱਚ ਆ ਜਾਂਦਾ ਬਠਿੰਡਾ ਪਟਿਆਲਾ ਇਹ ਧਿਆਨ ਵਿੱਚ ਰੱਖਣਾ ਅੱਗੇ ਜਾ ਕੇ ਆਪਾਂ ਨੂੰ ਇਸ ਦੀ ਜ਼ਰੂਰਤ ਪਵੇਗੀ ਮਾਲਵੇ ਦੇ ਖੇਤਰ ਕਿਉਂਕਿ ਫਿਰ ਕਹਾਣੀਆਂ ਵਿੱਚਲੇ ਪਾਤਰ ਉਹ ਮਾਲਵੇ ਦੇ ਇਲਾਕੇ ਨਾਲ ਸੰਬੰਧਤ ਹੋਣਗੇ ਉਹਨਾਂ ਦੀ ਭਾਸ਼ਾ ਉਹਨਾਂ ਦੀ ਬੋਲੀ ਉਸ ਤਰ੍ਹਾਂ ਦੀ ਹੋਵੇਗੀ ਮਾਤਾ ਸ਼੍ਰੀਮਤੀ ਭਗਵਾਨ ਦੇਵੀ ਅਤੇ ਪਿਤਾ ਸ਼੍ਰੀ ਨੱਥੂ ਰਾਮ ਦੇ ਘਰ ਹੋਇਆ ਹੁਣ ਦੇਖੋ ਇੱਥੇ ਮਾਤਾ ਦਾ ਨਾਮ ਪਹਿਲਾਂ ਪੁਰਾਣੀਆਂ ਕਿਤਾਬਾਂ ਚੱਕ ਕੇ ਦੇਖੋ ਤੁਸੀਂ ਪਹਿਲਾਂ ਪਿਤਾ ਦਾ ਨਾਮ ਹੁੰਦਾ ਸੀ ਆਪਾਂ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਪਿੱਛੇ ਚਲੇ ਜਾਈਏ ਤਾਂ ਇੱਕ ਸਮਾਂ ਸੀ ਜਦੋਂ ਸਾਡਾ ਸਮਾਜ ਮਾਤਾ ਪ੍ਰਧਾਨ ਹੁੰਦਾ ਸੀ ਫਿਰ ਸਾਡਾ ਸਮਾਜ ਪਿਤਾ ਪ੍ਰਧਾਨ ਹੋ ਗਿਆ ਵੈਸੇ ਦੇਖਿਆ ਜਾਵੇ ਤਾਂ ਔਰਤਾਂ ਜੋ ਚਾਹੇ ਸਾਡੀ ਮਾਤਾ ਹੈ ਚਾਹੇ ਭੈਣ ਹੈ ਚਾਹੇ ਪਤਨੀ ਹੈ ਘਰ ਦੇ ਵਿੱਚ ਉਹੀ ਪ੍ਰਮੁੱਖ ਹੁੰਦੀ ਹੈ ਸਾਰਾ ਘਰ ਉਸ ਦੇ ਉੱਪਰ ਹੀ ਨਿਰਭਰ ਹੁੰਦਾ ਹੈ ਬੱਚੇ ਵੀ ਉਸ ਉੱਪਰ ਨਿਰਭਰ ਹੁੰਦੇ ਆ ਇਸ ਕਰਕੇ ਹੁਣ ਤੁਹਾਡੇ ਆਧਾਰ ਕਾਰਡ ਉਹਨਾਂ ਦੇ ਵਿੱਚ ਵੀ ਤੁਸੀਂ ਦੇਖਣਾ ਕਿ ਮਾਤਾ ਦਾ ਨਾਮ ਹੋਵੇਗਾ ਜਾਂ ਆਪਣੇ ਰਾਸ਼ਨ ਕਾਰਡ ਬਣ ਰਹੇ ਆ ਉਹ ਵੀ ਹੁਣ ਮਾਤਾ ਦੇ ਨਾਮ ਬਣ ਰਹੇ ਆ ਇਹ ਵੀ ਇੱਕ ਪਹਿਲ ਹੈ ਠੀਕਾ ਔਰਤ ਨੂੰ ਸਮਾਜ ਦੇ ਵਿੱਚ ਅੱਗੇ ਲੈ ਕੇ ਆਉਣ ਦੀ ਇਸ ਨਾਲ ਫਰਕ ਪਵੇਗਾ ਮਾਨਸਿਕ ਤੌਰ ਤੇ ਵੀ ਫਰਕ ਪਵੇਗਾ ਠੀਕ ਹੈ ਮਾਨਸਿਕਤਾ ਬਦਲੇਗੀ ਲੋਕਾਂ ਦੀ ਮਾਤਾ ਦਾ ਨਾਮ ਭਗਵਾਨ ਦੇਵੀ ਤੇ ਪਿਤਾ ਸ਼੍ਰੀ ਨਥੂ ਰਾਮ ਦੇ ਘਰ ਹੋਇਆ ਉਹ ਪੰਜਾਬੀ ਦੇ ਸਿਰਮੌਰ ਕਹਾਣੀਕਾਰਾਂ ਵਿੱਚ ਗਿਣੇ ਜਾਂਦੇ ਹਨ ਹੁਣ ਤੱਕ ਉਹਨਾਂ ਨੇ 6 ਮੌਲਿਕ ਕਹਾਣੀ ਸੰਗ੍ਰਹਿ ਮਨੁੱਖ ਦੀ ਪੈੜ ਕਾਠ ਦੀ ਲੱਤ ਪਛਾਣ ਮੂਣ ਦੀ ਅੱਖ ਗੋਰਾ ਬਾਸ਼ਾ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਪਾਈ ਹਨ ਮੋਹਣ ਪੰਡਾਰੀ ਨੇ ਨੌਵੀਂ ਸ਼੍ਰੇਣੀ ਚ ਪੜਦੇ ਆ ਪਲੇਠੀ ਕਹਾਣੀ ਅਧਵਾਟਾਂ ਲਿਖੀ ਹੁਣ ਦੇਖੋ ਮੋਹਣ ਪੰਡਾਰੀ ਨੇ ਬਹੁਤ ਜ਼ਿਆਦਾ ਰਚਨਾਵਾਂ ਨਹੀਂ ਲਿਖੀਆਂ ਦੂਸਰੇ ਲੇਖਕ ਜਿਵੇਂ ਆਪਾਂ ਕਰਦੇ ਆ ਨਾਨਕ ਸਿੰਘ ਅਮਰਤਾ ਪ੍ਰੀਤਮ ਜਸਵੰਤ ਕਮਲ ਕਰਦੇ ਆ ਆਪਾਂ ਹਨਾ ਲਿਖਿਆ ਕਾਫੀ ਕੁਝ ਲਿਖਿਆ ਮੋਹਣ ਪੰਡਾਰੀ ਨੇ ਪਰ ਗਿਣਤੀ ਚ ਬਹੁਤ ਜ਼ਿਆਦਾ ਨਹੀਂ ਲਿਖਿਆ ਪਰ ਜੋ ਲਿਖਿਆ ਉਹ ਬਹੁਤ ਹੀ ਜ਼ਿਆਦਾ ਉਚਕੋਟੀ ਦਾ ਲਿਖਿਆ ਇਹਨਾਂ ਦੀ ਇੱਕ ਇੱਕ ਕਹਾਣੀ ਹੈ ਜਿਹੜੀ ਉਚਕੋਟੀ ਦੀ ਕਹਾਣੀ ਹੈ ਗੁਣ ਦੇ ਪੱਖੋਂ ਇਹਨਾਂ ਦੀ ਰਚਨਾ ਜਿਹੜੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ ਨੌਵੀਂ ਜਮਾਤ ਵਿੱਚ ਹੀ ਪੜਦੇ ਸੀ ਦੇਖੋ ਤੁਸੀਂ ਵੀ ਹੁਣ ਨੌਵੀਂ ਜਮਾਤ ਵਿੱਚ ਹੋ ਹਨ ਨੌਵੀਂ ਜਮਾਤ ਵਿੱਚ ਪੜਦੇ ਹੋਏ ਇਹਨਾਂ ਦੀ ਕਹਾਣੀ ਅੱਧ ਵਾਟਾਂ ਕਾਲਜ ਦੇ ਮੈਗਜ਼ੀਨ ਦੇ ਵਿੱਚ ਛਪੀ ਸੀ ਸਮਾਂ ਸੀ ਲਗਭਗ 1953 ਦੇ ਵਿੱਚ ਸੀ ਨੌਵੀਂ ਜਮਾਤ ਦੇ ਵਿੱਚ ਜਦੋਂ ਇਹਨਾਂ ਦੀ ਕਹਾਣੀ ਛਪੀ ਆ ਠੀਕ ਹੈ 1900 1953 ਦੇ ਵਿੱਚ ਫਿਰ ਇਹਨਾਂ ਦਾ ਜਿਹੜਾ ਪਹਿਲਾ ਕਹਾਣੀ ਸੰਗ੍ਰਹਿ ਆਇਆ ਠੀਕ ਹੈ ਕਹਾਣੀ ਤਾਂ ਆਪਾਂ ਕਰ ਲਈ ਅੱਧਾ ਵਾਟਾ ਇੱਕ ਕਹਾਣੀ ਸੰਗ੍ਰਹਿ ਜਿਹਦੇ ਵਿੱਚ ਕਹਾਣੀਆਂ ਸੀ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਸੀਗਾ ਤਿਲ ਚੌਲੀ ਇਹ ਆਇਆ ਸੀਗਾ 1965 ਦੇ ਵਿੱਚ ਆਈ ਸੀ ਇਹਨਾਂ ਦਾ ਇਹ ਕਹਾਣੀ ਸੰਗ੍ਰਹਿ ਜਿਹੜਾ ਤਿਲ ਚੌਲੀ ਤਿਲ ਚੌਲੀ ਕਹਾਣੀ ਆ ਜਿਹੜੀ ਇਸ ਵਾਰੀ ਵੀ ਆਪਾਂ ਚਰਚਾ ਕਰਾਂਗੇ ਇਸ ਤੋਂ ਬਾਅਦ ਫਿਰ ਇਹਨਾਂ ਦਾ ਕਹਾਣੀ ਸੰਗ੍ਰਹਿ ਆਇਆ ਸੀ ਮਨੁੱਖ ਦੀ ਪੈੜ ਠੀਕ ਹੈ ਇੱਥੇ ਆਪਾਂ ਮਨੁੱਖ ਦੀ ਪੈੜ ਤੋਂ ਹੀ ਸ਼ੁਰੂ ਕਰ ਰਹੇ ਹਾਂ ਤਿਲ ਚੌਲੀ ਦਾ ਜ਼ਮਾਨਾ ਹੀ ਦਿੱਤਾ ਹੋਇਆ ਧਿਆਨ ਵਿੱਚ ਰੱਖਣਾ ਤਿਲ ਚੌਲੀ ਇਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਸੀ ਇਸ ਤੋਂ ਬਾਅਦ ਆਉਂਦਾ ਮਨੁੱਖ ਦੀ ਪੈੜ ਮਨੁੱਖ ਦੀ ਪੈੜ ਆਇਆ ਸੀ 1968 ਦੇ ਵਿੱਚ ਫਿਰ ਅਗਲਾ ਆਪਾਂ ਕਰ ਰਹੇ ਹਾਂ ਕਾਠ ਦੀ ਲੱਤ ਕਾਠ ਦੀ ਲੱਤ ਆਇਆ ਸੀ 1975 ਦੇ ਵਿੱਚ ਇਸ ਤੋਂ ਬਾਅਦ ਆਪਾਂ ਨੂੰ ਦਿੱਤਾ ਹੋਇਆ ਪਛਾਣ ਪਛਾਣ ਕਹਾਣੀ ਦੀ ਹੈ ਇਹਨਾਂ ਦਾ ਕਹਾਣੀ ਸੰਗ੍ਰਹਿ ਇਹ ਆਇਆ ਸੀ 1987 ਦੇ ਵਿੱਚ ਇਸ ਤੋਂ ਬਾਅਦ ਫਿਰ ਇਹਨਾਂ ਦਾ ਪ੍ਰਸਿੱਧ ਕਹਾਣੀ ਸੰਗ੍ਰਹਿ ਸੀ ਮੂਨ ਦੀ ਅੱਖ ਜੋ ਆਇਆ 1993 ਦੇ ਵਿੱਚ ਠੀਕ ਹੈ ਫਿਰ ਇਹਨਾਂ ਦਾ ਕਹਾਣੀ ਸੰਗ੍ਰਹਿ ਆ ਗੋਰਾ ਬਾਸ਼ਾ ਗੋਰਾ ਬਾਸ਼ਾ ਆਇਆ 2004 ਦੇ ਵਿੱਚ ਠੀਕ ਹੈ ਧਿਆਨ ਵਿੱਚ ਰੱਖਣਾ ਗੋਰਾ ਬਾਸ਼ਾ ਗੋਰਾ ਬਾਸ਼ਾ ਨਾਮ ਤੁਹਾਨੂੰ ਲੱਗ ਰਿਹਾ ਹੋਣਾ ਅਜੀਬ ਜਿਹਾ ਪਰ ਇਹ ਆਪਣਾ ਹੀ ਇਧਰ ਪੰਜਾਬੀ ਨਾਮ ਹੀ ਆ ਗੋਰਾ ਬਾਸ਼ਾ ਬਾਜੀਗਰਾਂ ਦੇ ਮੁੰਡੇ ਦੀ ਕਹਾਣੀ ਆ ਇਹ ਠੀਕ ਹੈ ਅੱਗੇ ਵੀ ਆਪਾਂ ਦੇਖਦੇ ਹਾਂ ਇਹ ਤੁਹਾਨੂੰ ਤੱਕ ਪਤਾ ਲੱਗ ਗਿਆ ਨਾ ਤੁਹਾਨੂੰ ਚੰਡੀਗੜ੍ਹ ਸ਼ਹਿਰ ਵਿੱਚ ਰਹਿੰਦੇ ਆ ਉਹ ਬੁਨਿਆਦੀ ਤੌਰ ਤੇ ਮਾਲਵੇ ਦੇ ਉਸ ਪਿੰਡੂ ਸੱਭਿਆਚਾਰ ਨਾਲ ਜੁੜੇ ਹੋਏ ਹਨ ਜਿਸ ਦੇ ਉਹ ਜੰਮਪਲ ਹਨ ਉਹਨਾਂ ਦੇ ਪਾਤਰ ਮਾਲਵੇ ਦੇ ਬੇਜਮੀਨੇ ਖੇਤ ਮਜ਼ਦੂਰ ਕੰਮੀ ਅਤੇ ਗਰੀਬ ਕਿਸਾਨ ਹਨ ਜੋ ਆਪਣੀ ਇਹ ਬਾਕੀ ਸਭ ਸੁਖਸਾਂ ਦਾ ਉਸ ਦੇ ਵੀ ਪਾਤਰ ਇਸੇ ਤਰ੍ਹਾਂ ਦੇ ਹੀ ਆ ਉਹ ਪਿੰਡੂ ਜੀਵਨ ਵਿੱਚ ਉਹ ਘਰੋਗੀ ਮਸਲਿਆਂ, ਰਿਸ਼ਤਿਆਂ, ਦੋਸਤੀਆਂ, ਦੁਸ਼ਮਣੀਆਂ ਦੇ ਬਾਵਜੂਦ ਇੱਕ ਸੰਤੁਲਨ ਨੂੰ ਲੱਭਦੇ ਹਨ। ਇੱਕ ਭਾਈਚਾਰਕ ਮਤਲਬ ਸੰਤੁਲਨ ਬੈਲੈਂਸ ਬਣਾ ਕੇ ਰੱਖਣ ਦੇ ਪੱਖ ਵਿੱਚ ਆ ਠੀਕ ਹੈ। ਜਿਸ ਨਾਲ ਉਹ ਪ੍ਰੋਤਕ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਪਿੰਡ ਦੀ ਸਮੁੱਚੀ ਹੋਂਦ ਕਾਇਮ ਰਹੇ। ਉਹ ਪੰਜਾਬ ਸਿੱਖਿਆ ਵਿਭਾਗ ਚੰਡੀਗੜ੍ਹ ਤੋਂ ਬਤੌਰ ਸੁਪਰਡੈਂਟ ਗ੍ਰੇਡ 1 ਸੇਵਾਮੁਕਤ ਹੋਏ ਹਨ। ਮੋਹਨ ਪੰਡਾਰੀ ਨੂੰ ਉਹਨਾਂ ਦੇ ਕਹਾਣੀ ਸੰਗ੍ਰਹਿ ਤਿਲ ਚੌੜੀ ਜੋ ਇਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ ਨਾ ਤਿਲਚੌਲੀ ਆਪਾਂ ਇਸ ਦਾ ਸਮਾਂ ਕੀਤਾ 1965 ਦੇ ਵਿੱਚ ਆਇਆ ਸੀ ਚੰਡੀਗੜ੍ਹ ਸਹਿਤ ਅਕੈਡਮੀ ਵੱਲੋਂ ਦੇਖੋ ਇਹ ਚੰਡੀਗੜ੍ਹ ਸਹਿਤ ਅਕੈਡਮੀ ਵੱਲੋਂ ਹੈ ਇੱਕ ਭਾਰਤੀ ਸਹਿਤ ਅਕੈਡਮੀ ਆਪਾਂ ਕਰਾਂਗੇ ਪਛਾਣ ਕਹਾਣੀ ਸੰਗ੍ਰਹਿ ਨੂੰ ਕੁਲਵੰਤ ਸਿੰਘ ਵਿਰਕ ਪੁਰਸਕਾਰ ਦਿੱਤਾ ਗਿਆ ਕਹਾਣੀ ਸੰਗ੍ਰਹਿ ਮੂਨ ਦੀ ਅੱਖ ਨੂੰ 1998 ਦੇ ਵਿੱਚ ਭਾਰਤੀ ਸਹਿਤ ਅਕੈਡਮੀ ਅਵਾਰਡ ਮਿਲਿਆ ਠੀਕ ਹੈ 93 ਦੇ ਵਿੱਚ ਕਹਾਣੀ ਸੰਗ੍ਰਹਿ ਆਪਾਂ ਕਰਦੇ ਹਾਂ ਮੂਨ ਦੀ ਅੱਖ 98 ਦੇ ਵਿੱਚ ਇਸ ਨੂੰ ਮਿਲਦਾ ਭਾਰਤੀ ਸਹਿਤ ਅਕੈਡਮੀ ਅਵਾਰਡ ਭੰਡਾਰੀ ਨੇ ਆਪਣੀਆਂ ਕਹਾਣੀਆਂ ਤੋਂ ਇਲਾਵਾ ਬਹੁਤ ਸਾਰਾ ਹੋਰ ਸਾਹਿਤ ਵੀ ਪੰਜਾਬੀ ਵਿੱਚ ਅਨਵਾਦ ਕੀਤਾ ਉਹਨਾਂ ਨੇ ਭਾਰਤ ਦੇ ਕਈ ਪ੍ਰਸਿੱਧ ਲੇਖਕਾਂ ਦੇ ਕਹਾਣੀ ਸੰਗ੍ਰਹਿ ਵੀ ਸੰਪਾਦਿਤ ਕੀਤੇ ਅੱਜ ਆਪਾਂ ਕਹਾਣੀ ਕਰਾਂਗੇ ਮੂਨ ਭੰਡਾਰੀ ਦੀ ਬਾਕੀ ਸਭ ਸੁੱਖ ਸਾਦ ਹੈ ਦੇਖੋ ਇਸ ਤੋਂ ਬਿਨਾ ਵੀ ਹੋਰ ਬਹੁਤ ਸਾਰੀਆਂ ਕਹਾਣੀਆਂ ਲਿਖਕੀਆਂ ਕੀਕ ਮੋਹਨ ਭੰਡਾਰੀ ਦੇ ਜੀਵਨ ਬਾਰੇ ਜੇਕਰ ਤੁਸੀਂ ਜਾਨਣਾ ਹੋਵੇ ਤਾਂ ਮੋਹਨ ਭੰਡਾਰੀ ਦਾ ਜੋ ਜੀਵਨ ਹੈ ਜੇਕਰ ਤੁਸੀਂ ਇਹਨਾਂ ਦੀਆਂ ਕਹਾਣੀਆਂ ਨੂੰ ਛੱਡ ਕੇ ਲੇਖਕ ਦੀ ਜ਼ਿੰਦਗੀ ਬਾਰੇ ਹੀ ਜਾਣ ਲਵੋ ਇਹਨਾਂ ਨੂੰ ਜ਼ਿੰਦਗੀ ਵਿੱਚ ਬਹੁਤ ਸਾਰੇ ਕੰਮ ਕਰਨੇ ਪਏ ਕਦੇ ਗੋਲ ਗੱਪੇ ਵਿੱਚ ਕਦੇ ਕੁਲਫੀਆਂ ਵੇਚੀਆਂ ਕਦੇ ਕੋਈ ਕੰਮ ਕੀਤਾ ਪਰ ਆਪਣੀ ਪੜਾਈ ਜਾਰੀ ਰੱਖੀ ਹੈ ਨਾ ਪੜਦੇ ਪੜਦੇ ਨੌਕਰੀ ਤੇ ਜਾ ਲਗੇ ਇਹਨਾਂ ਦੀ ਜ਼ਿੰਦਗੀ ਬਾਰੇ ਜੇਕਰ ਤੁਸੀਂ ਜਾਣ ਲਵੋਗੇ ਤੁਹਾਨੂੰ ਵੀ ਕੁਝ ਨਾ ਕੁਝ ਬਣ ਜਾਣ ਦਾ ਟੰਗ ਆ ਜਾਵੇਗਾ ਸਿੱਖ ਜਾਮੋਗੇ ਇਹਨਾਂ ਦੀ ਜ਼ਿੰਦਗੀ ਤੋਂ ਹੀ ਕਹਾਣੀਆਂ ਤੋਂ ਤਾਂ ਸਿੱਖਣਾ ਹੀ ਸਿੱਖਣਾ ਕੁਝ ਨਾ ਕੁਝ ਦੇਖੋ ਪਿਆਰੇ ਵਿਦਿਆਰਥੀਓ ਇਹਨਾਂ ਦੀਆਂ ਕਹਾਣੀਆਂ ਉੱਪਰ ਚਰਚਾ ਕਰੀਏ ਤਾਂ ਆਪਾਂ ਇਹਨਾਂ ਦੀ ਇੱਕ ਕਹਾਣੀ ਆ ਘੋਟਨਾ ਕਹਾਣੀ ਘੋਟਨਾ ਕਹਾਣੀ ਦੇ ਵਿੱਚ ਆਪਾਂ ਚਰਚਾ ਕਰਦੇ ਹਾਂ ਅ ਇੱਕ ਤਰਖਾਨ ਬਾਰੇ ਜੋ ਤਰਖਾਨ ਠੀਕ ਹੈ ਉਹ ਆਪਣੇ ਜਵਾਈ ਕੋਲ ਸ਼ਹਿਰ ਦੇ ਵਿੱਚ ਰਹਿੰਦਾ ਸਾਰੀਆਂ ਸੌਖ ਸੁਵਿਧਾਾਂ ਦੇ ਕੋਲੇ ਪਰ ਫਿਰ ਵੀ ਉਹਨੂੰ ਚੈਨ ਨਹੀਂ ਮਿਲਦਾ ਆਰਾਮ ਨਹੀਂ ਮਿਲਦਾ ਹਨਾ ਉੱਥੇ ਰਹਿ ਕੇ ਉਹਨੂੰ ਆਪਣੇ ਅਤੀਤ ਦੀ ਪ੍ਰਾਣੀਆਂ ਯਾਦਾਂ ਆਉਂਦੀਆਂ ਉਹ ਘੋਟਲਾ ਕਹਾਣੀ ਦੇ ਵਿੱਚ ਇਹ ਚੀਜ਼ ਉਸਨੇ ਪੇਸ਼ ਕੀਤੀ ਹੈ ਕਹਾਣੀਆਂ ਬਾਰੇ ਦੱਸ ਰਿਹਾ ਲਾਇਬ੍ਰੇਰੀ ਵਿੱਚ ਜਾਣ ਦੀ ਆਦਤ ਬਣਾਵੋ ਸਿਰਫ ਇੱਕ ਦੋ ਕਹਾਣੀਆਂ ਸਾਲ ਦੇ ਵਿੱਚ ਪੜਨ ਨਾਲ ਕੁਝ ਨਹੀਂ ਹੋਵੇਗਾ ਹੋਰ ਵੀ ਸਹਿਤ ਪੜਨ ਦੀ ਆਦਤ ਤੁਹਾਨੂੰ ਬਣਾਉਣੀ ਚਾਹੀਦੀ ਹੈ ਇਸ ਤੋਂ ਬਿਨਾ ਫਿਰ ਆਪਣੇ ਕੋਲੇ ਕਹਾਣੀ ਆ ਜਾਂਦੀ ਹੈ ਇਹਨਾਂ ਦੀ ਮੈਨੂੰ ਟੈਗੋਰ ਬਣਾ ਦੇਵਾ ਉਹਦੇ ਵਿੱਚ ਵੀ ਆਪਾਂ ਦੇਖਦੇ ਹਾਂ ਨਾ ਕਿ ਟੈਗੋਰ ਬਣਦਾ ਸੁਪਨਾ ਪੂਰਾ ਹੀ ਨਹੀਂ ਹੋ ਪਾਉਂਦਾ ਗਰੀਬੀ ਦੇ ਕਾਰਨ ਜਿਹੜਾ ਇਸਦਾ ਪਾਤਰ ਇਸ ਤੋਂ ਬਿਨਾ ਦੁੱਧ ਦਾ ਸਵਾਦ ਇੱਕ ਚੋਰ ਦਾ ਜਨਮ ਕਹਾਣੀ ਆਪਾਂ ਦੇਖਦੇ ਹਾਂ ਦੁੱਧ ਦੇ ਸਵਾਦ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਅਮੀਰ ਐਡਵੋਕੇਟ ਹੈ ਠੀਕ ਹੈ ਤੇ ਉਹਦਾ ਕੁੱਤਾ ਜਿਹੜਾ ਨਾ ਉਹ ਦੁੱਧ ਨਹੀਂ ਪੀਂਦਾ ਉਹਨੂੰ ਫਿਕਰ ਹੋ ਜਾਂਦਾ ਕਿ ਦੁੱਧ ਕਿਉਂ ਨਹੀਂ ਪੀਂਦਾ ਦੂਜੇ ਪਾਸੇ ਉਹਦਾ ਨੌਕਰ ਹੈ ਰਾਮਲਖਨ ਉਹਦਾ ਪੁੱਤ ਬਿਮਾਰ ਉਹਨੂੰ ਪੀਣ ਲਈ ਦੁੱਧ ਮਿਲ ਨਹੀਂ ਰਿਹਾ ਇੱਕ ਘੁੱਟ ਵੀ ਦੇਖੋ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਇੱਕ ਦੇ ਕੁੱਤਾ ਦੁੱਧ ਨਹੀਂ ਪੀ ਰਿਹਾ ਉਹਨੂੰ ਫਿਕਰ ਪੈ ਰਿਹਾ ਤੇ ਇੱਕ ਉਹਦਾ ਨੌਕਰ ਆ ਰਾਮ ਲਖਨ ਉਹ ਕੀ ਹੈ ਬੱਚਾ ਬਿਮਾਰਾ ਉਹਨੂੰ ਦੁੱਧ ਚਾਹੀਦਾ ਬੱਚੇ ਲਈ ਉਹਨੂੰ ਮਿਲ ਹੀ ਨਹੀਂ ਰਿਹਾ ਇੱਕ ਕੁੱਤਾ ਇਸ ਤਰ੍ਹਾਂ ਦੇ ਵਿਸ਼ੇ ਆ ਜਿਹੜੇ ਆਪਾਂ ਮੁੰਨ ਭੰਡਾਰੇ ਦੀਆਂ ਕਹਾਣੀਆਂ ਵਿੱਚ ਦੇਖਦੇ ਹਾਂ ਜੋ ਸਾਡੇ ਸਮਾਜ ਦੇ ਵਿੱਚ ਆਪਾਂ ਨੂੰ ਤਰਾਸ ਦੇ ਜਿਹੜਾ ਇਹ ਦੁੱਖ ਮਿਲਦਾ ਇਸ ਤੋਂ ਬਿਨਾ ਮੈਨੂੰ ਟੰਗੋਰ ਬਣਾ ਦੇ ਮਾਂ ਦੇ ਵਿੱਚ ਵੀ ਅਜਿਹਾ ਹੀ ਇੱਕ ਪਾਤਰ ਹੈ ਗਰੀਬੀ ਹੈ ਪਿਓ ਬਿਮਾਰ ਹੁੰਦਾ ਹੈ ਹਨਾ ਉਹਦਾ ਟੰਗੋਰ ਬਣਦਾ ਸੁਪਨਾ ਵਿੱਚ ਹੀ ਰਹਿ ਜਾਂਦਾ ਤੇ ਅਖੀਰ ਤੇ ਹੱਥ ਹੱਥ ਮਾਰ ਕੇ ਸੁਪੰਦਦਾ ਕਿ ਮੇਰੇ ਤਾਂ ਸਾਰੇ ਸੁਪਨੇ ਧੂੜ ਮਿੱਟੀ ਵਿੱਚ ਹੀ ਰਲ ਗਏ ਉਹ ਤਾਂ ਟਗੋਰ ਬਣਿਆ ਹੀ ਨਹੀਂ ਗਿਆ ਇੱਕ ਚੋਰ ਦਾ ਜਨਮ ਆਪਾਂ ਕਹਾਣੀ ਦੇਖ ਸਕਦੇ ਆ ਇਹਨਾਂ ਦੀ ਉਹਦੇ ਵਿੱਚ ਇੱਕ ਇਨਸਾਨ ਨੂੰ ਰੋਟੀ ਟੁੱਕ ਦੇ ਲਈ ਉਸ ਦੀ ਭੁੱਖ ਦਿਖਾਈ ਗਈ ਆ ਵੀ ਕਿੰਨਾ ਮਤਲਬ ਉਹ ਰੋਟੀ ਟੁੱਕ ਦੇਣੇ ਹੀ ਭੁੱਖਾ ਉਹਦੇ ਅੰਦਰ ਹਨਾ ਵੀ ਉਹਨੂੰ ਰੋਟੀ ਮਿਲ ਜਾਵੇ ਪਰ ਉਹਨੂੰ ਚੋਰ ਸਮਝ ਕੇ ਲੋਕ ਕੁੱਟਦੇ ਮਾਰਦੇ ਆ ਤੇ ਕੁੱਟਣ ਮਾਰਨ ਵਾਲੇ ਲੋਕ ਪਤਾ ਕੌਣ ਆ ਜਿਹੜੇ ਬਾਂਦਰਾ ਨੂੰ ਹਨੂਮਾਨ ਸਮਝ ਕੇ ਠੀਕਾ ਉਹਨਾਂ ਨੂੰ ਖਾਣਾ ਦੇ ਰਹੇ ਆ ਸੇਬ ਦੇ ਰਹੇ ਆ ਜਿਹੜੇ ਸਾਧੂ ਸੰਤ ਆ ਵਿਹਲੇ ਆ ਸਾਧੂ ਸੰਤ ਕੁਝ ਵੀ ਨਹੀਂ ਕਰਦੇ ਹਨਾ ਉਹਨਾਂ ਨੂੰ ਮਹਿੰਗੇ ਮਹਿੰਗੇ ਪਕਵਾਨ ਖਵਾ ਰਹੇ ਆ ਉਹੀ ਲੋਕ ਉਹਨੂੰ ਰੋਟੀ ਦੀਪਕ ਕਰਕੇ ਚੋਰ ਸਮਝ ਕੇ ਕੁੱਟਦੇ ਆ ਇਸ ਤੋਂ ਬਿਨਾਂ ਆਪਾਂ ਭੰਡਾਰੀ ਦੀਆਂ ਕਹਾਣੀਆਂ ਦੇ ਵਿੱਚ ਗੱਲ ਕਰੀਏ ਤਾਂ ਗਰੀਬੀ ਵਿੱਚ ਫਸੇ ਹੋਏ ਲੋਕ ਆ ਜਿਹੜੇ ਉਹਨਾਂ ਦੀਆਂ ਤੰਗੀਆਂ ਤੁਰਸੀਆਂ ਦਾ ਵਰਣਨ ਮਿਲਦਾ ਆਪਾਂ ਨੂੰ ਠੀਕ ਹੈ ਬੇਜਮੀਨੇ ਲੋਕ ਆ ਜਿਹੜੇ ਉਹਨਾਂ ਦੀਆਂ ਮਜਬੂਰੀਆਂ ਮਿਲਦੀਆਂ ਇਹਨਾਂ ਦੀ ਇੱਕ ਕਹਾਣੀ ਹੈ ਇੱਕ ਖਬਰ ਇੱਕ ਆਪਾਂ ਪੜਕਿਆ ਗੋਰਾ ਬਾਸ਼ਾ ਠੀਕ ਹੈ ਇੱਕ ਆਪਣੇ ਬਾਜੀਗਰਾਂ ਦੇ ਨਾਲ ਸੰਬੰਧਿਤ ਆਪਾਂ ਦੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਜਿਹੜੇ ਬਾਜੀ ਪਾਉਣ ਆਉਂਦੇ ਸੀ ਹੁਣ ਵੀ ਤੁਸੀਂ ਦੇਖਿਆ ਹੋਣਾ ਪਰ ਬਹੁਤ ਜ਼ਿਆਦਾ ਘਟ ਚੁੱਕੇ ਹਨਾ ਬਾਜੀ ਪਾਉਣ ਵਾਲੇ ਕਿਉਂਕਿ ਉਹ ਬਾਜ਼ੀਆਂ ਹੁਣ ਲੋਕ ਪਸੰਦ ਨਹੀਂ ਕਰਦੇ ਨਾ ਹੀ ਦੇਖਦੇ ਆ ਨਾ ਹੀ ਉਹਨਾਂ ਨੂੰ ਉਹਨਾਂ ਮਤਲਬ ਮੁਨਾਫਾ ਹੋ ਰਿਹਾ ਬਾਜ਼ੀਆਂ ਪਾ ਕੇ ਉਹ ਵੀ ਫਿਰ ਕਮਾਕਾਰਾਂ ਵਿੱਚ ਲੱਗ ਗਿਆ ਦਿਹਾੜੀਆਂ ਮਜ਼ਦੂਰੀਆਂ ਦੇ ਵਿੱਚ ਪੈ ਗਿਆ। ਗੋਰਾ ਬਾਸ਼ਾ ਕਹਾਣੀ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਇੱਕ ਬਾਜੀਗਰਦੀ ਕਹਾਣੀ ਹੈ। ਠੀਕ ਹੈ ਬਾਸ਼ਾ ਨਾਮ ਦਾ ਜਿਹੜਾ ਮੁੰਡਾ ਹੈ ਪਹਿਲਾਂ ਬੱਕਰੀਆਂ ਚਾਰਦਾ ਹੈ। ਠੀਕ ਹੈ ਫਿਰ ਅਖੀਰ ਤੇ ਕੰਮ ਕਰਨ ਲੱਗ ਜਾਂਦਾ। ਠੀਕ ਹੈ ਉਹਦਾ ਕੁਝ ਬਣਦਾ ਨਹੀਂ ਵਿਚਾਰੇ ਦਾ ਬਾਜ਼ੀਆਂ ਪਾ ਪਾ ਕੇ। ਬਾਸ ਅੱਡੇ ਤੇ ਲੱਗ ਜਾਂਦਾ ਹਾਕਾ ਮਾਰਦਾ ਕਿ ਫਲਾਣੇ ਅੱਡੇ ਤੇ ਚਲੋ ਵੀ ਸੰਗਰੂਰ ਚੱਲੀ ਬਾਸ ਸੰਗਰੂਰ ਸੰਗਰੂਰ ਉਹ ਕੰਮ ਕਰ ਲੱਗ ਜਾਂਦਾ ਮਜਬੂਰੀ ਦੇ ਵਿੱਚ। ਇਹ ਆਪਾਂ ਨੂੰ ਗੋਰਾ ਬਾਸ਼ਾ ਦੇ ਵਿੱਚ ਮਿਲਦੀ ਆ। ਬਾਜੀਗਰਾਂ ਦਾ ਵੀ ਜ਼ਿਕਰ ਮਿਲਦਾ ਇਹਨਾਂ ਦੀਆਂ ਕਹਾਣੀਆਂ ਦੇ ਵਿੱਚ ਪਛਾਣ ਕਹਾਣੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਪਾਂ ਨੂੰ ਟੱਪਰੀ ਵਾਸਾ ਦਾ ਜਿਹੜਾ ਜ਼ਿੰਦਗੀ ਆ ਉਸ ਬਾਰੇ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਇਹਦੇ ਵਿੱਚ ਜਿਹੜੀ ਪਛਾਣ ਕਹਾਣੀ ਹੈ ਨਾ ਇਹ ਇੱਕ ਇਹਦੇ ਵਿੱਚ ਪਾਤਰ ਹੈ ਗੇਬਾ ਜਿਹੜਾ ਸੰਸਦ ਦੇ ਵਿੱਚ ਆ ਕੰਮ ਕਰਦਾ ਹੈ ਸੰਸਦ ਭਵਨ ਉਹਨਾਂ ਜਿਹੜਾ ਉਹਦੇ ਕੱਚਾ ਮੁਲਾਜ਼ਮ ਹੈ ਤੇ ਉਹ ਧਰਨੇ ਦੇ ਹੜਤਾਲ ਦੇ ਵਿੱਚ ਸ਼ਾਮਲ ਹੋ ਜਾਂਦਾ ਤੇ ਉਹਨੂੰ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਕੱਚੇ ਮਜ਼ਦੂਰ ਕਿਹਨਾਂ ਅਸੀਂ ਬੰਦੇ ਤਾਂ ਪੱਕੇ ਐ ਜੀ ਕਿਉਂ ਹਟਾਉਣੇ ਆ ਸਾਨੂੰ ਘਰਨੇ ਵਿੱਚ ਭਾਗ ਨਣ ਕਰਕੇ ਉਸਨੂੰ ਹਟਾ ਦਿੱਤਾ ਜਾਂਦਾ ਹੈ ਉਹਦਾ ਜਿਹੜਾ ਬਾਬਾ ਹੁੰਦਾ ਉੱਥੇ ਬੈਠਾ ਰਹਿੰਦਾ ਹਨ ਕੋਈ ਉਹਦੀ ਗੱਲ ਨਹੀਂ ਸੁਣਦਾ ਰੌਲਾ ਰਪਾ ਸੰਸਦ ਦੇ ਵਿੱਚ ਪੈ ਰਿਆ ਲੋਕਾਂ ਦੀ ਆਵਾਜ਼ ਦਬ ਕੇ ਰਹਿ ਜਾਂਦੀ ਆ ਕਿ ਉਹ ਬੱਕਰੀਆਂ ਚਾਰਨ ਵਾਲਾ ਜਿਹੜਾ ਜੰਗਲਾਂ ਦੇ ਵਿੱਚ ਬਘਿਆੜਾਂ ਤੋਂ ਸ਼ੇਰਾਂ ਤੋਂ ਨਹੀਂ ਡਰਦਾ ਉਥੋਂ ਉੱਠ ਕੇ ਆ ਜਾਂਦਾ ਕਿ ਕਹਿੰਦਾ ਮੈਨੂੰ ਇੱਥੋਂ ਨਾ ਬਘਿਆੜਾਂ ਦਾ ਮੁਸ਼ਕਾਉਂਦਾ ਇੱਥੋਂ ਖੂਨ ਪੀਨੇ ਬਘਿਆੜਾਂ ਦਾ ਠੀਕ ਹੈ ਇਸ ਤਰ੍ਹਾਂ ਦੇ ਵਿਸ਼ੇ ਆਪਾਂ ਨੂੰ ਮਿਲਦੇ ਆ ਇਸ ਤੋਂ ਬਿਨਾ ਆਪਾਂ ਇਹਨਾਂ ਭੰਡਾਰੀ ਦੇ ਉੱਪਰ ਪੜਕਿਆ ਹੈ ਕਿ ਇਹਨਾਂ ਨੇ ਦਫ਼ਤਰ ਦੇ ਵਿੱਚ ਕੰਮ ਕੀਤਾ ਹਨ ਦਫ਼ਤਰ ਦੇ ਨਾਲ ਸੰਬੰਧਤ ਜ਼ਿੰਦਗੀ ਹੈ ਜਿਹੜੀ ਉਸ ਦੇ ਨਾਲ ਸੰਬੰਧਤ ਵੀ ਆਪਾਂ ਨੂੰ ਜਾਣਕਾਰੀ ਮਿਲਦੀ ਹੈ ਦਫ਼ਤਰੀ ਜੀਵਨ ਨਾਲ ਸੰਬੰਧਤ ਵੀ ਕਹਾਣੀਆਂ ਲਿਖੀਆਂ ਕਿ ਕਿਵੇਂ ਉੱਥੇ ਜਿਹੜੇ ਕੰਮ ਕਰਨ ਵਾਲੇ ਆ ਉਹਨਾਂ ਦੇ ਜਿਹੜੇ ਬੌਸ ਆ ਉਹਨਾਂ ਨੂੰ ਝਟਕਾ ਮਾਰਦੇ ਆ ਇਹਨਾਂ ਦੀਆਂ ਹੋਰ ਕਹਾਣੀਆਂ ਜਿਵੇਂ ਆਪਾਂ ਦੇਖੀਏ ਕਿ ਮੈਥੋਂ ਮੇਰੇ ਦੁੱਖ ਨਾ ਲਵੋ ਬਰਫਰ ਲਤਾੜੇ ਰੁੱਖ ਠੀਕ ਹੈ ਇਸ ਤੋਂ ਬਿਨਾ ਟੜਕਿਆ ਹੋਇਆ ਸ਼ੀਸ਼ਾ ਇੱਕ ਬਾਬੂ ਮਾਇਆਦਾਸ ਇਸ ਤੋਂ ਬਣਾ ਹੋਰ ਵੀ ਕਹਾਣੀਆਂ ਆਪਾਂ ਦੇਖਦੇ ਹਾਂ ਜਿਵੇਂ ਤੰਦ ਵਿੱਚ ਬੈਠਾ ਮਨੁੱਖ ਅੰਛ ਖੋਇਆ ਹੋਇਆ ਚਿਹਰਾ ਇਹਨਾਂ ਕਹਾਣੀਆਂ ਵਿੱਚ ਆਪਾਂ ਪੱਛਮੀ ਤੇ ਪੂਰਬੀ ਸੱਭਿਆਚਾਰ ਵਿੱਚ ਜਿਹੜੀ ਸਾਡੇ ਹੁਣ ਲੋਕ ਫਸੇ ਹੋਏ ਹਨ ਮਨੁੱਖ ਉਹਨਾਂ ਦਾ ਮਾਨਸਿਕ ਦਵੰਦ ਹੈ ਪੱਛਮੀ ਸੱਭਿਆਚਾਰ ਸਾਡਾ ਭਾਰਤੀ ਸੱਭਿਆਚਾਰ ਦੇ ਵਿਚਾਲੇ ਲਟਕ ਗਏ ਲੋਕ ਭੰਡਾਰੀ ਦਾ ਜਿਹੜਾ ਪਹਿਲਾ ਕਹਾਣੀ ਸੰਗ੍ਰਹਿ ਹੈ ਤਿਲਚੋਲੀ ਤੇਲ ਚੌੜੀ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਜਿਹੜਾ ਰੌਣਕੀ ਮਾਲ ਨਾਂ ਦਾ ਇੱਕ ਪਾਤਰ ਹੈ ਹਨਾ ਉਹ ਵੱਡਾ-ਵੱਡਾ ਧਗੀਆਂ ਠੋਰੀਆਂ ਕਰਕੇ ਭੱਠੇ ਤੇ ਬੇਈਮਾਨੀਆਂ ਕਰਕੇ ਪੂਰਾ ਚੌਧਰੀ ਬਣ ਜਾਂਦਾ ਤੇ ਕਿਸੇ ਦੇ ਕਹਿਣ ਤੇ ਕਿ ਪੁੰਨ ਦੀ ਕਰਿਆ ਕਰੋ ਕੀੜਿਆਂ ਨੂੰ ਨਾ ਉਹ ਭੌੜ ਦੇ ਉੱਪਰ ਦਾਣੇ ਪਾਉਣ ਜਾਂਦਾ ਪਹਿਲੇ-ਪਹਿਲੇ ਦਿਨ ਦੇਖਦਾ ਕਿ ਮੋਟਾ ਜਾਂ ਕੀੜਾ ਇੱਕ ਛੋਟੇ ਕੀੜਿਆਂ ਤੋਂ ਨਾ ਉਹ ਦਾਣਾ ਖੋ ਕੇ ਭੱਜ ਜਾਂਦਾ ਉਹਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸ਼ਾਬਾਸ਼ ਉਹਨੂੰ ਕਹਿੰਦਾ ਸ਼ਾਬਾਸ਼ ਪਰ ਅਗਲੇ ਦਿਨ ਕਹਾਣੀ ਉਲਟ ਹੋ ਜਾਂਦੀ ਹੈ ਨਿੱਕੇ ਨਿੱਕੇ ਕੀੜੇ ਰਲ ਕੇ ਵੱਡੇ ਕੀੜੇ ਤੋਂ ਉਹਦਾ ਦਾਣਾ ਖੋਹ ਲੈਂਦੇ ਆ ਉਹ ਡਰ ਜਾਂਦਾ ਇੱਕਦਮ ਉਹਦੇ ਅੰਦਰ ਕਿ ਮੈਂ ਵੀ ਇੱਕ ਤਾਕੜਾ ਅਮੀਰ ਬੰਦਾ ਹਾਂ ਤੇ ਜਿਹੜੇ ਇਹ ਮਜ਼ਦੂਰ ਆ ਇਕੱਠੇ ਹੋ ਕੇ ਮੈਨੂੰ ਮਾਰ ਨਾ ਦੇਣ ਮੈਨੂੰ ਲੁੱਟ ਨਾ ਲੈਣ ਪਸੀਨੋ ਪਸੀਨੀ ਹੋ ਜਾਂਦਾ ਹੋ ਇਹਦੇ ਵਿੱਚ ਵੀ ਆਪਣੇ ਮਾਰਕਸਵਾਦੀ ਵਿਚਾਰ ਪੇਸ਼ ਕੀਤੇ ਆ ਕਹਾਣੀਕਾਰ ਨੇ ਭੰਡਾਰੀ ਨੇ ਠੀਕ ਹੈ ਭੰਡਾਰੀ ਦੀਆਂ ਸਾਰੀਆਂ ਇਹ ਕਹਾਣੀਆਂ ਉੱਚ ਕੋਟੀ ਦੀਆਂ ਇਸਤਰੀਆਂ ਦੇ ਦੁੱਖ ਵੀ ਪੇਸ਼ ਕੀਤੇ ਆ ਇਸਤਰੀਆਂ ਦੇ ਵੀ ਦੁਖਾਂਤ ਤਾਂ ਜਿਹੜੇ ਉਹਨਾਂ ਬਾਰੇ ਵੀ ਲਿਖਿਆ ਭੰਡਾਰੀ ਦੀਆਂ ਕਹਾਣੀਆਂ ਵਿੱਚ ਜਿਹੜੀਆਂ ਔਰਤਾਂ ਦੋ ਤਰ੍ਹਾਂ ਦੀਆਂ ਔਰਤਾਂ ਇੱਕ ਤਾਂ ਉਹ ਔਰਤਾਂ ਜਿਨ੍ਹਾਂ ਦੇ ਉੱਪਰ ਜ਼ੁਲਮ ਹੁੰਦਾ ਤੇ ਉਹਨੂੰ ਸਹਿੰਦੀਆਂ ਤੇ ਚੁੱਪ ਰਹਿੰਦੀਆਂ ਤੇ ਇੱਕ ਅਜਿਹੀਆਂ ਔਰਤਾਂ ਜਿਹੜੀਆਂ ਜ਼ੁਲਮ ਸਹਿੰਦੀਆਂ ਸਹਿੰਦੀਆਂ ਫਿਰ ਅਖੀਰ ਸ਼ੇਰਨੀ ਦਾ ਰੂਪ ਸ਼ੀਨੀ ਦਾ ਰੂਪ ਧਾਰਨ ਕਰ ਲੈਂਦੀਆਂ ਔਰਤ ਆਪਣੇ ਉੱਪਰ ਹੁੰਦੇ ਤਾਂ ਜ਼ੁਲਮ ਕਿਹੜਾ ਬਰਦਾਸ਼ਤ ਕਰਦੀ ਹੈ ਇਹਨਾਂ ਦੀਆਂ ਕਹਾਣੀਆਂ ਵਿੱਚ ਭੰਡਾਰੀ ਦੀਆਂ ਜਿਵੇਂ ਇੱਕ ਗਿਲਾ ਕਹਾਣੀ ਹੈ ਨਾ ਇੱਕ ਲక్ష్ਮੀ ਕਹਾਣੀ ਹੈ ਗਿਲਾ ਕਹਾਣੀ ਦੇ ਵਿੱਚ ਇੱਕ ਪਾਤਰ ਆ ਤਾਰੂ ਤਾਰੂ ਆਪਾਂ ਦੇਖਦੇ ਹਾਂ ਕਿ ਉਹਦਾ ਪਿਓ ਸ਼ਰਾਬੀ ਕਵਾਬੀ ਹੁੰਦਾ ਤੇ ਉਹਨੂੰ ਵੇਚ ਦਿੰਦਾ ਤਾਰੂ ਸਾਰੇ ਦੁੱਖ ਜਰ ਜਾਂਦੀ ਆ ਉਹ ਬਰਦਾਸ਼ਤ ਕਰਦੀ ਆ ਪਰ ਅੱਗੇ ਉਹਦਾ ਪਤੀ ਵੀ ਸ਼ਰਾਬੀ ਕਵਾਬੀ ਮਿਲ ਜਾਂਦਾ ਉਹਨੂੰ ਵੀ ਪਹਿਲਾਂ ਤੋਂ ਬਰਦਾਸ਼ਤ ਕਰਦੀ ਆ ਪਰ ਜਦੋਂ ਉਹਦੇ ਆਪ ਦੇ ਧੀ ਹੁੰਦੀ ਆ ਤੇ ਉਹਦਾ ਘਰ ਵਾਲਾ ਉਹਨੂੰ ਉਹਦੀ ਧੀ ਨੂੰ ਅੱਗੇ ਵੇਚਣ ਦੀ ਕੋਸ਼ਿਸ਼ ਕਰਦਾ ਫੇਰ ਆਉਂਦੀ ਆ ਉਹ ਉਸਨੇ ਅਸਲੀ ਰੂਪ ਦੇ ਵਿੱਚ ਹਨਾ ਸ਼ੇਰਨੀ ਦੇ ਰੂਪ ਵਿੱਚ ਆ ਜਾਂਦੀ ਆ ਤੇ ਫਿਰ ਪਤੀ ਨੂੰ ਫੜ ਲੈਂਦੀ ਆ ਜੁੰਡਿਆਂ ਤੋਂ ਕਹਿੰਦੀ ਹੁਣ ਨਹੀਂ ਮੈਂ ਚੀਜ਼ ਹੋਣ ਦਿੰਦੀ ਜੋ ਮੇਰੇ ਨਾਲ ਹੋ ਗਿਆ ਹੋ ਗਿਆ ਆਪਣੀ ਧੀ ਨਾਲ ਨਹੀਂ ਮੈਂ ਹੋਣ ਦਵਾਂਗੀ ਠੀਕ ਹੈ ਹੋਰ ਵੀ ਆਪਾਂ ਲక్ష్ਮੀ ਕਹਾਣੀ ਦੇਖ ਲਗੇ ਇਹਨਾਂ ਦੀ ਲక్ష్ਮੀ ਤਾਰੀ ਲక్ష్ਮੀ ਕਹਾਣੀ ਵੀ ਇਸੇ ਤਰ੍ਹਾਂ ਦੀ ਕਹਾਣੀ ਹੈ ਜਿਸ ਵਿੱਚ ਆਪਾਂ ਮਾੜਾ ਸਿੰਘ ਦੇਖਦੇ ਹਾਂ ਇੱਕ ਲక్ష్ਮੀ ਨਾਂ ਦੀ ਜਿਹੜੀ ਆ Hindu ਔਰਤ ਹੈ ਨਾ ਉਹਨੂੰ ਝੂਠ ਮਾਰ ਕੇ ਕਿ ਮੈਂ ਬਹੁਤ ਅਮੀਰ ਹੈ ਮਾੜਾ ਸਿੰਘ ਹੈ ਇਹਦੇ ਵਿੱਚ ਪਾਤਰ ਝੂਠ ਬੋਲ ਕੇ ਇਹਦੇ ਨਾਲ ਵਿਆਹ ਕਰਵਾ ਲੈਂਦਾ ਪਰ ਜਦੋਂ ਉਹ ਦੇਖਦੀ ਆ ਕਿ ਇਹਦੇ ਕੋਲੇ ਤਾਂ ਕੁਝ ਵੀ ਨਹੀਂ ਉਹ ਤਾਂ ਕਰ ਜਾਈਏ ਕਿ ਗਰੀਬ ਬੰਦਾ ਹਨਾ ਵੀ ਉਸ ਨੂੰ ਝੂਠ ਬੋਲ ਕੇ ਵਿਆਹ ਕਰਵਾ ਲਿਓ ਬਰਦਾਸ਼ਤ ਕਰ ਲੈਂਦੀ ਆ ਵੀ ਚਲੋ ਜੋ ਕੁਝ ਹੋਇਆ ਹੋਇਆ ਅੰਮ੍ਰਿਤ ਛਕ ਲੈਂਦੀ ਆ ਲక్ష్ਮੀ ਕੌਰ ਬਣ ਜਾਂਦੀ ਆ ਪਰ ਜਦੋਂ ਮਾੜਾ ਸਿੰਘ ਉਹਦੇ ਨਾਲ ਧੱਕੇਸ਼ਾਹੀ ਕਰਦਾ ਜਬਰਦਸਤੀ ਕਰਦਾ ਉਹਦੇ ਨਾਲ ਫੇਰ ਅੰਮ੍ਰਿਤ ਛੱਕੇ ਵਾਲਾ ਜਿਹੜਾ ਉਹਦੇ ਕੋਲੇ ਗਾਤਰਾ ਪਾਇਆ ਹੁੰਦਾ ਉਹ ਕੱਟ ਕੱਢ ਕੇ ਉਹਦੇ ਢੱਡ ਵਿੱਚ ਮਾਰ ਦਿੰਦੀ ਆ ਠੀਕ ਹੈ ਇਸ ਤਰ੍ਹਾਂ ਆਪਾਂ ਦੇਖਦੇ ਆ ਭੰਡਾਰੀ ਦੀਆਂ ਕਹਾਣੀਆਂ ਵਿੱਚ ਅੱਜ ਆਪਾਂ ਕਹਾਣੀ ਜਿਹੜੀ ਦੇਖਣੀ ਆ ਇਹਨਾਂ ਦੀ ਬਾਕੀ ਸਭ ਸੁਖ-ਸਾਂਤ ਕਹਾਣੀ ਐ ਬਾਕੀ ਸਭ ਸੁਖ-ਸਾਂਤ ਹਨ ਜਿਹੜੀ ਕਹਾਣੀ ਇਹਦੇ ਵਿੱਚ ਆਪਾਂ ਦੇਖਦੇ ਆ ਕਿ ਲੇਖਕ ਨੇ ਛੋਟੇ ਕਿਸਾਨਾਂ ਦੇ ਜਿਹੜੇ ਘਰਾਂ ਦੇ ਦੁੱਖਦਰਦਾ ਉਹਨਾਂ ਨੂੰ ਪੇਸ਼ ਕੀਤਾ ਬੇਜ਼ਮੀਨੇ ਆ ਉਹਨਾਂ ਤੇ ਮੁਕੱਦਮੇ ਹੋਏ ਵਇਆ ਪਛਮੂਆਂ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਦੁਖੀ ਕੀਤਾ ਹੋਇਆ ਆਪਾਂ ਇਹ ਕਹਾਣੀ ਜਦੋਂ ਪੜ੍ਹੀ ਸੀ ਤਾਂ ਆਪਾਂ ਦੇਖਿਆ ਕਿ ਕਹਾਣੀਕਾਰ ਆ ਜਿਹੜਾ ਇਹਦੇ ਵਿੱਚ ਪੜ੍ਹਿਆ ਲਿਖਿਆ ਪਿੰਡ ਦੇ ਵਿੱਚ ਹਨਾ ਤੇ ਲੋਕ ਉਹ ਤੋਂ ਚਿੱਠੀਆਂ ਲਿਖਵਾਉਂਦੇ ਆ ਹਾਲਾਂਕਿ ਹੋਰ ਵੀ ਕੁਝ ਕੁ ਮੁੰਡੇ ਪੰਜਵੀਂ ਪਾਸ ਕਰ ਚੁੱਕੇ ਆ ਕਹਾਣੀ ਕਰ ਕਹਿੰਦਾ ਮੈਂ ਦੁਖੀ ਆ ਗਿਆ ਸੀ ਕਿ ਪਰ ਲੋਕ ਕਹਿੰਦਾ ਮੈਨੂੰ ਕੁੱਟਣ ਦੀਆਂ ਸਕੀਮਾਂ ਬਣਾਉਂਦੇ ਸੀ ਕਿ ਇਹ ਨਾ ਹੁਣ ਆਪਾਂ ਤਲੂਣ ਪਾ ਲੈਂਦਾ ਪਿੰਡ ਵਧੀਆ ਬੋਧੀਆਂ ਬਾਹਰ ਛੱਡਦਾ ਪਿੰਡ ਦੀਆਂ ਬੀਹਾਂ 'ਚ ਮਤਲਬ ਗਲੀਆਂ ਦੇ ਵਿੱਚ ਢੇੜੇ ਮਾਰਦਾ ਇਹ ਸਾਨੂੰ ਕੱਲਾ ਮਿਲ ਗਿਆ ਨਾ ਇਹਨੂੰ ਕੁੱਟਾਂਗੇ ਅਸੀਂ ਇਹਦਾ ਦੋਸਤ ਆ ਨਾ ਜਿਹੜਾ ਉਹਨੂੰ ਵੀ ਕੁੱਟਾਂਗੇ ਜਿਹੜਾ ਇਹਦੇ ਨਾਲ ਖੜੂਗਾ ਪਰ ਕਹਾਣੀਕਾਰ ਕਹਿੰਦਾ ਕਿ ਮੇਰੀ ਕੋਈ ਗੱਲ ਸਮਝਦਾ ਨਹੀਂ ਕਿ ਮੈਂ ਲੋਕਾਂ ਦੇ ਦੁੱਖ ਲਿਖ ਲਿਖ ਕੇ ਪਰੇਸ਼ਾਨ ਹੋ ਗਿਆ ਹੋਰ ਹੋਰ ਮੁੰਡੇ ਪੜ੍ਹੇ ਲਿਖੇ ਉਹਨਾਂ ਤੋਂ ਲਿਖਵਾ ਲਓ ਲੋਕ ਵਿਚਾਰੇ ਆਪ ਮਜਬੂਰ ਆ ਕਹਿੰਦੇ ਸਾਡੇ ਤੇਰੇ ਨਾਲ ਪੜਦੇ ਖੁੱਲੇ ਹੋਇਆ ਤੂੰ ਸਾਡੀਆਂ ਚਿੱਠੀਆਂ ਲਿਖਦਾ ਪਹਿਲਾਂ ਪ੍ਰਾਣੀ ਸਮੇਂ ਦੀ ਗੱਲ ਹੈ ਨਾ ਹੁਣ ਤਾਂ ਫੋਨ ਤੇ ਆਪਾਂ ਗੱਲਾਂ ਕਰਦੇ ਆ ਪਹਿਲਾਂ ਚਿੱਠੀਆਂ ਲਿਖਦੇ ਸੀ ਲੋਕ ਅਨਪੜ੍ਹੇ ਸੀ ਔਰਤਾਂ ਵੀ ਵਿਚਾਰੀਆਂ ਅਨਪੜ੍ਹੇ ਸੀ ਕਿਸੇ ਪੜ੍ਹੇ ਲਿਖੇ ਤੋਂ ਚਿੱਠੀ ਲਿਖਵਾਉਂਦੇ ਸੀ ਤੇ ਤੇਰੇ ਨਾਲ ਸਾਡੇ ਪੜਦੇ ਖੁੱਲੇ ਆ ਵਿਆਹੀਆਂ ਬਰੀਆਂ ਕੁੜੀਆਂ ਵੀ ਸ਼ੇਰੋ ਸ਼ੇਰੀ ਲਿਖਵਾਉਂਦੀਆਂ ਆਪਣੇ ਪਤੀਆਂ ਨੂੰ ਠੀਕ ਹੈ ਚੀਰੋ ਸ਼ਰੀ ਭੇਜ ਦਈਆਂ ਆਪਾਂ ਦੇਖਦੇ ਆ ਇਸ ਕਹਾਣੀ ਦੇ ਵਿੱਚ ਹੁਣ ਕੀ ਕੀ ਚੀਜ਼ ਆ ਹਨਾ ਚੰਗੀ ਤਰ੍ਹਾਂ ਪੜ੍ਹਦੇ ਆ ਪਹਿਲਾਂ ਫਿਰ ਤੁਹਾਨੂੰ ਹੋਰ ਵਿਸਤਾਰ ਦੇ ਵਿੱਚ ਆਪਾਂ ਦੱਸਾਂਗੇ ਇਸ ਕਹਾਣੀ ਵਿੱਚ ਲੇਖਕ ਨੇ ਪਿੰਡ ਦੇ ਲੋਕਾਂ ਦਾ ਦੁੱਖ ਦਰਦ ਬਿਆਨ ਕੀਤਾ ਹੋਇਆ ਹੈ ਕਹਾਣੀ ਦਾ ਮੁੱਖ ਪਾਤਰ ਮੈਂ ਪਾਤਰ ਨੇ ਇਹਦੇ ਵਿੱਚ ਮੈਂ ਜਿੱਥੇ ਮੈਂ ਪਾਤਰ ਹੁੰਦਾ ਉਹ ਲੇਖਕ ਆਪ ਹੀ ਹੁੰਦਾ ਹੈ ਉਨ੍ਹਾਂ ਦੇ ਸਾਰੇ ਦੁੱਖਾਂ ਸੁੱਖਾਂ ਦਾ ਇੱਕ ਤਰ੍ਹਾਂ ਭਾਈਵਾਲ ਹੀ ਬਣ ਜਾਂਦਾ ਹੈ ਕੁੜੀਆਂ ਉਸ ਕੋਲੋਂ ਆਪਣੇ ਪਤਿਆਂ ਨੂੰ ਪ੍ਰੇਮ ਭਰੀਆਂ ਚਿੱਠੀਆਂ ਲਿਖਵਾਉਂਦੀਆਂ ਹਨ ਕਈ ਏਨੀਆਂ ਅਨਪੋਲ ਹਨ ਜੋ ਲੇਖਕ ਨੂੰ ਕਹਿੰਦੀਆਂ ਹਨ ਸਾਨੂੰ ਲੋਕਾਂ ਵਾਂਗੂ ਟੋਟਕੇ ਤਾਂ ਕਰਨੇ ਨਹੀਂ ਆਉਂਦੇ ਤੂੰ ਆਪ ਲਿਖ ਦੇ ਜਿਹੜੀ ਗੱਲ ਤੈਨੂੰ ਚੰਗੀ ਲੱਗਦੀ ਹੈ ਵਿੱਚ ਸਾਡੀ ਰਾਮਸਤ ਜਰੂਰ ਲਿਖ ਦੇ ਠੀਕ ਹੈ ਬਜ਼ੁਰਗਔਰਤਾਂ ਵੀ ਉਸ ਕੋਲੋਂ ਆਪਣੇ ਰੋਣੇ ਰੋਂਦੀਆਂ ਕਬੀਲਦਾਰ ਲੋਕ ਆ ਜਿਹੜੇ ਉਹ ਵੀ ਉਸ ਤੋਂ ਆਪਣੀਆਂ ਚਿੱਠੀਆਂ ਲਿਖਵਾਉਂਦੇ ਆ ਅਖੀਰ ਵਿੱਚ ਜਿੱਥੇ ਕਹਾਣੀ ਬਣਦੀ ਆਪਣੀ ਸ਼ੁਰੂ ਹੁੰਦੀ ਆ ਹਰ ਘਰ ਤੋਂ ਸ਼ੁਰੂ ਹੁੰਦੀ ਆ ਹਰ ਘਰ ਮਿੰਤਾਂ ਦਰਲੇ ਕਰਕੇ ਲੇਖਕ ਨੂੰ ਲੈ ਕੇ ਜਾਂਦੀ ਆ ਕਿ ਚਿੱਠੀ ਲਿਖ ਦੇਵੇ ਉਹਦਾ ਪੁੱਤਰ ਫੌਜ ਦੇ ਵਿੱਚ ਤੇ ਚਿੱਠੀ ਅਜੇ ਹੀ ਲਿਖ ਠੀਕ ਹੈ ਇੰਨੇ ਜਿਹੜੇ ਘਰ ਦੇ ਵਿੱਚ ਦੁੱਖ ਤਕਲੀਫਾਂ ਕਿਉਂ ਆਪਦਾ ਨਾਮ ਕਟਵਾ ਕੇ ਆ ਜਾਵੇ ਦੇਖੋ ਕਿੰਨੀ ਕਿੰਨੀ ਸਮੱਸਿਆ ਘਰ ਦੇ ਵਿੱਚ ਹਨ ਜਾਗਰ ਫੌਜੀ ਦੀ ਮਾਂ ਹਰ ਘਰ ਆਪਣੇ ਪੁੱਤਰ ਨੂੰ ਚਿੱਠੀ ਲਿਖਵਾਉਂਦੀ ਆ ਜਿਸ ਵਿੱਚ ਆਸੇ ਪਾਸੇ ਦੀਆਂ ਗੱਲਾਂ ਲਿਖਵਾਉਣ ਤੋਂ ਬਾਅਦ ਪੁੱਤ ਵੱਧ ਮਹੱਤਵਪੂਰਨ ਗੱਲ ਨੂੰ ਪਿੱਛੋਂ ਲਗਵਾਉਂਦੀ ਹੋਈ ਹਰਕੋਰ ਕਹਿੰਦੀ ਹੈ ਹੋਰ ਲਿਖ ਦੇ ਪੁੱਤ ਬਈ ਕਰਤਾਰੋ ਦੇ ਘਰ ਕਾਕਾ ਹੋ ਕੇ ਗੁਜ਼ਰ ਗਿਆ ਕਰਤਾਰੋ ਮੰंजे ਤੇ ਮਰਨ ਵਾਲੀ ਪਈ ਹੈ ਹੋਰ ਪੁੱਛਣ ਤੇ ਕਿ ਕੀ ਹੋਰ ਕੁਝ ਲਿਖਣਾ ਹੈ ਤਾਂ ਕਹਿੰਦੀ ਹੈ ਬਸ ਪੁੱਤ ਲਿਖ ਦੇ ਬਾਕੀ ਸਭ ਸੁੱਖ ਸੰਦ ਹੈ ਇੰਨੇ ਦੁੱਖਾਂ ਦੇ ਵਿੱਚ ਜ਼ਿੰਦਗੀ ਬਤੀਤ ਕਰਨ ਵਾਲੀ ਅਖੀਰ ਤੇ ਇਹ ਲਿਖਵਾਉਂਦੀ ਬਾਕੀ ਸਭ ਸੁੱਖ ਸੰਦ ਹੈ ਇਸ ਤੋਂ ਅਗਲੀ ਲਾਈਨ ਦੇਖੋ ਜੋ ਲਾਈਨ ਦੇ ਬਾਰੇ ਤੁਹਾਨੂੰ ਇੱਕ ਮੈਂ ਪਰਚਨ ਕਰਾਂਗਾ ਇਹ ਸੁਣ ਕੇ ਲੇਖਕ ਸੁੰਨ ਹੋ ਜਾਂਦਾ ਹੈ ਤੇ ਕਲਮ ਉਸ ਦੇ ਹੱਥੋਂ ਡਿੱਗ ਪੈਂਦੀ ਹੈ ਇੱਕ ਤੁਸੀਂ ਕਹਾਣੀ ਪੜ੍ਹੀ ਹੋਣੀ ਹੈ ਕੀ ਕਹਾਣੀ ਦੇ ਵਿੱਚ ਜ਼ਿਕਰ ਆਉਂਦਾ ਕਹਾਣੀਕਾਰ ਲਿਖਦਾ ਕਿ ਉਸ ਦੇ ਹੱਥੋਂ ਕਲਮ ਡਿੱਗ ਪਈ ਜਾਂ ਤਾਂ ਆਪਣੀ ਕਹਾਣੀ ਛਪਣ ਦੇ ਵਿੱਚ ਕਿਤੇ ਨਾ ਕਿਤੇ ਕੱਟੀ ਗਈ ਪਾਠ ਪੁਸਤਕ ਦੇ ਵਿੱਚ ਤੇ ਜਾਂ ਫਿਰ ਇਹਦਾ ਸਾਰ ਲਿਖਣ ਵੇਲੇ ਕਿੰਨਾ ਕਿਤੇ ਗਲਤੀ ਹੋਈ ਹੈ ਕਹਾਣੀ ਪੜ ਕੇ ਦੇਖਣਾ ਉਸ ਦੇ ਵਿੱਚ ਕੋਈ ਜ਼ਿਕਰ ਨਹੀਂ ਹੁੰਦਾ ਕਿ ਸੁਣਦਾ ਤੇ ਲੇਖਕ ਦੇ ਹੱਥੋਂ ਕਲਮਾ ਜਿਹੜੀ ਛੁੱਟ ਜਾਂਦੀ ਹੈ ਡਿੱਗ ਜਾਂਦੀ ਹੈ ਕਹਾਣੀ ਸਮਾਪਤ ਹੋ ਜਾਂਦੀ ਹੈ ਇੱਥੇ ਬਾਕੀ ਸਭ ਸੁਖ ਸੰਦ ਹੈ ਠੀਕ ਹੈ ਪਿਆਰੇ ਵਿਦਿਆਰਥੀਓ ਇੱਕ ਕਹਾਣੀ ਨੂੰ ਪੜਨਾ ਪਹਿਲਾਂ ਫਿਰ ਇੱਕ ਵਾਰ ਫਿਰ ਸਾਰ ਨੂੰ ਪੜ ਲੈਣਾ ਇਸ ਨੂੰ ਫਿਰ ਤੁਹਾਡੇ ਚੰਗੀ ਤਰ੍ਹਾਂ ਯਾਦ ਹੋ ਜਾਵੇਗਾ ਤੇ ਇਸ ਨੂੰ ਲਿਖ ਕੇ ਮੈਨੂੰ ਜ਼ਰੂਰ ਭੇਜਣਾ ਠੀਕ ਹੈ ਮੇਰੇ ਨੰਬਰ ਦੇ ਉੱਪਰ ਲਿਖ ਕੇ ਵੀ ਰੱਖ ਲੈਣਾ ਸਕੂਲ ਖੁੱਲਣ ਤੇ ਤੁਹਾਡੀਆਂ ਕਾਪੀਆਂ ਵੀ ਚੈੱਕ ਕਰਾਂਗੇ ਠੀਕ ਹੈ ਪਿਆਰੇ ਵਿਦਿਆਰਥੀਓ ਅੱਜ ਲਈ ਇੰਨਾ ਹੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ